ਅੱਜ ਮੈਂ ਜਗਰਾਉਂ ਦੇ ਵਿੱਚ ਖੜਾ ਤੇ ਇਸ ਵੀਡੀਓ ਨੂੰ ਅੱਜ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ, ਵੀਡੀਓ ਤੁਸੀਂ ਆਪਣੇ ਆਪ ਸ਼ੇਅਰ ਕਰ ਦੇਣੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਣੇ ਪੰਜਾਬ ਦੇ ਵਿੱਚ ਨਾ ਅੱਜ ਕੱਲ ਇੱਕ ਦੌੜ ਲੱਗੀ ਹੋਈ ਆ ਆਈਲਟਸ ਕਰਕੇ ਬਾਹਰ ਜਾਣ ਦੀ। ਕੋਈ ਵੀ ਇੱਥੇ ਰਹਿ ਕੇ ਕੰਮ ਕਰਕੇ ਰਾਜ਼ੀ ਨਹੀਂ। ਅੱਜ ਮੈਂ ਇੱਥੋਂ ਦੀ ਜਾ ਰਿਹਾ ਸੀ, ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਸਾਡੀ ਭੈਣ ਨੇ ਇੱਥੇ ਫਰੂਟ ਚਾਟ ਦਾ ਆ ਸਾਰਾ ਸਿਸਟਮ ਕੀਤਾ ਹੋਇਆ, ਇੱਥੇ ਰਹਿ ਕੇ ਕੰਮ ਕਰ ਰਹੇ ਆ। ਇਹ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਸੋਚਿਆ ਵੀ ਇਹ ਵੀ ਵੀਡੀਓ ਬਣਾ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਉਣੀ ਚਾਹੀਦੀ ਆ, ਤਾਂ ਕਿ ਇਸ ਭੈਣ ਨੂੰ ਦੇਖ ਕੇ ਜਿਹੜੇ ਸਾਡੇ ਹੋਰ ਨੌਜਵਾਨ ਆ ਜਿਹੜੇ ਬਾਹਰ ਜਾਣ ਦੀ ਸੋਚਦੇ ਆ, ਜਿਹੜੇ ਕਹਿੰਦੇ ਆ ਵੀ ਇੱਥੇ ਕੰਮ ਨਹੀਂ ਹੈਗਾ, ਉਹ ਜ਼ਰੂਰ ਇਹਨਾਂ ਤੋਂ ਪ੍ਰੇਰਿਤ ਹੋਣ। ਹੁਣ ਭੈਣ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਵੀਰੇ। ਹੋਰ ਕੰਮ ਕਿਵੇਂ ਚੱਲਦਾ ਤੁਹਾਡਾ? ਬਹੁਤ ਵਧੀਆ, ਬਹੁਤ ਵਧੀਆ। ਬਾਕੀ ਉਹ ਦੇਖ ਕੇ ਲੱਗਦਾ ਹੀ ਆ ਵੀ ਕੰਮ ਵਧੀਆ ਚੱਲਦਾ ਹੋਊਗਾ। ਆਹ ਦੇਖੋ ਸਾਰੇ ਜਾਣੇ ਖੜੇ ਆ, ਹੈ ਨਾ? ਹਾਂਜੀ। ਤੇ ਭੈਣੇ ਆਪਾਂ ਮਤਲਬ ਤੁਸੀਂ ਕਦੋਂ ਤੋਂ ਇਹ ਸ਼ੁਰੂ ਕੀਤਾ ਗਾ? ਵੀਰੇ ਮੈਨੂੰ ਇੱਕ ਹਫ਼ਤਾ ਹੋ ਗਿਆ। ਇੱਕ ਹਫ਼ਤਾ ਹੋ ਗਿਆ, ਠੀਕ ਹੈ। ਤੇ ਕਿਵੇਂ ਮਿਲਦਾ ਰਿਸਪੌਂਸ? ਰਿਸਪੌਂਸ ਆਪਣੇ ਪੰਜਾਬੀਆਂ ਦੇ ਵੱਲੋਂ ਕਈ ਵਾਰ ਕਹਿੰਦੇ ਆ ਨਾ, ਕਹਿੰਦੇ ਵੀ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦਿੰਦਾ, ਤੇ ਹੁਣ ਤੁਸੀਂ ਦੱਸੋ ਵੀ ਆਪਣੇ ਲੋਕ ਸਪੋਰਟ ਕਰਦੇ ਆ ਆਉਂਦੇ ਆ ਤੁਹਾਡੇ ਕੋਲ ਇੱਥੇ? ਬਹੁਤ। ਆ ਤੁਸੀਂ ਸਾਹਮਣੇ ਦੇਖ ਲਓ। ਨਹੀਂ ਉਹ ਤੋਂ ਪੁੱਛਣਾ ਜ਼ਰੂਰੀ ਆ ਨਾ, ਦਿਖਾਵੇ ਨਾਲੇ ਯਾਰ ਵੀਡੀਓ 'ਚ ਦਿਖਾ ਦੇ ਆਲੇ ਦੁਆਲੇ। ਹਾਂਜੀ। ਇਹ ਚੀਜ਼ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਯਾਰ, ਜਿੱਥੇ ਕਿਹਾ ਜਾਂਦਾ ਵੀ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦਿੰਦਾ, ਹੁਣ ਇੱਥੇ ਦੇਖ ਕੇ ਐਂ ਲੱਗਦਾ ਵੀ ਹਾਂ ਆਪਣੇ ਬੰਦੇ ਖੜਦੇ ਆ ਨਾਲ, ਵੀ ਜਦੋਂ ਕੋਈ ਕੰਮ ਕਰਦਾ ਨਾ ਮੂਹਰੇ ਹੋ ਕੇ ਤਾਂ ਉਹਦੀ ਸਪੋਰਟ ਜ਼ਰੂਰ ਕਰਦੇ ਆ। ਤੇ ਭੈਣੇ ਇੱਕ ਮੈਂ ਹੋਰ ਸੁਣਿਆ ਸੀ, ਕਹਿੰਦੇ ਤੁਹਾਡੀਆਂ ਇੱਥੋਂ ਦੀਆਂ ਅੰਮ੍ਰਿਤ ਪਿੰਨੀਆਂ ਜੋ ਤੁਸੀਂ ਬਣਾਉਣੇ ਉਹ ਬੜੀਆਂ ਮਸ਼ਹੂਰ ਆ, ਅੱਜ ਦਿਸ ਨਹੀਂ ਰਹੀਆਂ ਕਿ ਅੱਜ ਲਿਆਂਦੀਆਂ ਨਹੀਂ ਉਹ? ਸਰ ਅਸਲ ਦੇ ਵਿੱਚ ਅੰਮ੍ਰਿਤ ਪਿੰਨੀ ਜਿਹੜੀ ਹੈਗੀ ਉਹਨੂੰ ਟਾਈਮ ਬਹੁਤ ਲੱਗਦਾ ਬਣਨ ਤੇ। ਅੱਛਾ। ਤੇ ਮੈਨੂੰ ਯਾਦ ਹੈ ਕਿ ਜਦੋਂ ਮੈਂ ਇਹ ਪਿੰਨੀ ਪਹਿਲੀ ਵਾਰ ਖਾਧੀ ਸੀ ਅੱਜ ਤੋਂ 4 ਸਾਲ ਪਹਿਲਾਂ। ਹਾਂਜੀ। ਤੇ ਜਦੋਂ ਮੈਂ ਪਿੰਨੀ ਖਾਧੀ ਸੀਗੀ ਨਾ ਤੇ ਮੈਂ ਸਿਰਫ ਆਪਣੇ ਮੂੰਹ ਵਿੱਚ ਰੱਖੀ ਏ। ਹਾਂ। ਤੇ ਮੈਨੂੰ ਚੱਕ ਮਾਰਨ ਦਾ ਵੀ ਮੌਕਾ ਨਹੀਂ ਮਿਲਿਆ ਜਦੋਂ ਮੇਰੇ ਸਲਾਈਵਾ ਦੇ ਕੰਟੈਕਟ ਨਾਲ ਆਈ। ਠੀਕ ਹੈ। ਤੇ ਉਹ ਪਿਗਲ ਕੇ ਜਦੋਂ ਮੇਰੇ ਗਲ ਦੇ ਵਿੱਚ ਗਈ ਤੇ ਮੈਂ ਉਹਦੇ ਘਰਦਿਆਂ ਨੂੰ ਪਹਿਲੀ ਵਾਰੀ ਇਹ ਗੱਲ ਕਹੀ ਸੀ ਵੀ ਆਏ ਹਾਏ 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 ਹਾਏ, ਇੰਜ ਲੱਗਦਾ ਜਿਵੇਂ ਸਵਰਗ ਦਵਾਇਆ ਹੋਇਆ, ਅੰਮ੍ਰਿਤ ਕਿਸੇ ਨੇ ਗਲ ਦੇ ਵਿੱਚ ਘੋਲ ਕੇ ਰੱਖ ਦਿੱਤਾ। ਹੁਣ ਫਿਰ ਸਾਨੂੰ ਕਦੋਂ ਖਵਾ ਰਹੇ ਹੋ ਪਿੰਨੀਆਂ? ਪਿੰਨੀਆਂ ਸ਼ਾਇਦ ਦੇਖਦੇ ਕੱਲ। ਕੱਲ? ਹਾਂਜੀ ਹਾਂਜੀ। ਚਲੋ ਫਿਰ ਕੱਲ ਨੂੰ ਫੇਰ ਆਪਾਂ ਵੀਡੀਓ ਕਰਾਂਗੇ, ਨਾਲ ਤੁਹਾਨੂੰ ਪਿੰਨੀਆਂ ਦਿਖਾਵਾਂਗੇ ਤੇ ਬਾਕੀ ਜਿਹੜੇ ਜਗਰਾਵਾਂ ਵਾਲੇ ਆ ਨਾ ਉਹ ਜ਼ਰੂਰ ਇੱਥੇ ਆਇਆ ਕਰੋ। ਭੈਣ ਨੇ ਤਾਂ ਮਿਹਨਤ ਕਰਨੀ ਸ਼ੁਰੂ ਕਰਤੀ ਤੇ ਹੁਣ ਸਾਥ ਆਪਾਂ ਦੇਣਾ, ਤੇ ਹੁਣ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਹੁਣ ਭੀੜ ਨਾਲ ਦੀ ਨਾਲ ਜਮ੍ਹਾਂ ਹੋਈ ਜਾਂਦੀ ਆ। ਸਹੀ ਗੱਲ ਆ ਵੀਰੇ ਦੀ, ਸੱਚੀ ਸਹੀ ਗੱਲ ਆ ਨਾ ਬਾਪੂ, ਆਪਦਾ ਕੰਮ ਕਰੋ, ਮਿਹਨਤ ਕਰੋ। ਤੇ ਭੈਣੇ ਮੈਂ ਇੱਕ ਚੀਜ਼ ਹੋਰ ਪੁੱਛਣੀ ਸੀ। ਹਾਂਜੀ। ਤੇ ਛਕੋ ਛਕੋ ਵੀਰੇ, ਕੋਈ ਚੱਕਰ ਨਹੀਂ, ਛਕੋ ਵੀਰੇ ਨਾਲੇ ਦੱਸੋ ਕਿੱਦਾਂ ਦੀ ਲੱਗੀ। ਹੈ ਬਹੁਤ ਵਧੀਆ ਜੀ, ਇਹ ਸਾਹਮਣੇ ਪਿਆ ਸਾਰਾ ਸਮਾਨ ਯਾਰ। ਹਾਂ ਦੇਖੋ ਸਾਹਮਣੇ ਪਿਆ, ਆਏ ਨਹੀਂ ਵੀ ਕੋਈ ਓਲਾਗਾ। ਹਾਂਜੀ। ਤੇ ਭੈਣੇ ਮੈਨੂੰ ਇੱਕ ਚੀਜ਼ ਹੋਰ ਦੱਸੋ ਨਾਲ ਤੁਸੀਂ, ਹੈ ਅਜਾ ਫੋਟੋ ਆ ਦੇ ਮੈਂ ਨਾਲ ਹੀ ਕਰ ਲਈ ਵੀਡੀਓ 'ਚ ਉਹਦੇ। ਧੰਨਵਾਦ ਵੱਡਾ ਵੀ, ਧੰਨਵਾਦ ਬਹੁਤ ਬਹੁਤ। ਤੇ ਭੈਣੇ ਨਾਲ ਤੁਸੀਂ ਪੜ੍ਹਾਈ ਵੀ ਕਰਦੇ ਹੋ? ਹਾਂਜੀ। ਪੜ੍ਹਾਈ ਕਾਹਦੀ ਕਰਦੀ ਆ ਭੈਣੇ? ਸਰ ਅਸਲ ਦੇ ਵਿੱਚ ਮੈਂ ਹੈਗੀ ਆ ਫੈਸ਼ਨ ਤੋਂ, ਫੈਸ਼ਨ ਡਿਜ਼ਾਈਨਰ। ਫੈਸ਼ਨ ਡਿਜ਼ਾਈਨਰ? ਫੈਸ਼ਨ ਡਿਜ਼ਾਈਨਰ ਆ ਪੇਸ਼ੇ ਤੋਂ। ਹਾਂਜੀ। ਤੇ ਉਸ ਤੋਂ ਬਾਅਦ ਮੈਂ 4 ਸਾਲ ਪਹਿਲਾਂ ਇਹਦਾ ਬਿਜ਼ਨਸ ਵੀ ਕੀਤਾ ਸੀਗਾ, ਟੀਚ ਵੀ ਕਰਦੀ ਸੀ। ਫਿਰ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਦੇ ਵਿੱਚ ਪੀਏ ਯੂਨੀਵਰਸਿਟੀ ਦੇ ਵਿੱਚ ਡਿਪਲੋਮਾ ਕੀਤਾ। ਠੀਕ ਹੈ। ਦੇਸੀ ਦਾ? ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਕਾਫੀ ਸਾਰੀਆਂ ਜਿਹੜੀਆਂ ਹੋਰ ਚੀਜ਼ਾਂ ਹੈਗੀਆਂ ਸੀਗੀਆਂ
ਟ੍ਰੇਨਿੰਗ ਸੀਗੀਆਂ, ਵਰਲਡ ਲੈਵਲ ਦੇ ਜਿਹੜੇ ਕੰਮ ਹੋ ਰਹੇ ਨੇ, ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਵਿੱਚ ਮਤਲਬ ਕਿ ਮੈਂ ਨੌਲੇਜ ਲੈ ਰਹੀ ਹਾਂ, ਇਨ ਫਿਊਚਰ ਹੌਲੀ ਹੌਲੀ ਮੈਂ ਤੁਹਾਡੇ ਨਾਲ ਸਭ ਕੁਝ ਸਾਂਝਾ ਕਰਾਂਗੀ। ਠੀਕ ਹੈ। ਤੇ ਅਸਲ ਨਾਲ ਪੜ੍ਹਾਈ ਵੀ ਕੰਟੀਨਿਊ ਆ ਤੁਹਾਡੀ? ਹਾਂਜੀ ਹਾਂਜੀ ਹਾਂਜੀ। ਠੀਕ ਹੈ। ਤੇ ਅਸਲ ਦੇ ਵਿੱਚ ਜਿਹੜੀਆਂ ਇਹ ਚੀਜ਼ ਹੈ, ਇਹ ਮੇਰੀ ਕੋਈ ਮਜਬੂਰੀ ਨਹੀਂ ਹੈਗੀ, ਇਹ ਮੇਰਾ ਪ੍ਰੋਜੈਕਟ ਦਾ ਪਾਰਟ ਹੈ। ਜੇ ਮੈਂ ਸੱਚ ਗੱਲ ਦੱਸਾਂ ਤੇ ਮੈਂ ਇੱਕ ਪੰਜਾਬ ਦੇ ਵਿੱਚ ਹੀ ਅਲੱਗ ਸ਼ਹਿਰ ਵਸਾਉਣਾ ਚਾਹੁੰਦੀ ਹਾਂ। ਤੇ ਉਸ ਹਾਂਜੀ ਪ੍ਰੋਜੈਕਟ ਦੇ ਕੰਮ ਕਰ ਰਹੇ ਹੋ? ਹਾਂਜੀ, ਇਹ ਮੇਰਾ ਪ੍ਰੋਜੈਕਟ ਦਾ ਪਾਰਟ ਹੈ। ਠੀਕ ਹੈ ਠੀਕ ਹੈ ਠੀਕ ਹੈ। ਬਣੇ। ਤੇ ਅਸਲ ਦੇ ਵਿੱਚ ਮੈਂ ਇਹ ਆਪਣੇ ਪ੍ਰੋਜੈਕਟ ਤੇ ਕੰਮ ਕਰ ਰਹੀ ਹਾਂ ਜਿਹੜਾ ਅਲੱਗ ਮੁਲਕ ਵਸਾਉਣਾ ਹੈ। ਅੱਛਾ, ਅਲੱਗ ਮੁਲਕ ਵਸਾਉਣ ਦੀ ਸੋਚਦੇ ਹੋ? ਉਹਦੇ ਵਿੱਚ ਕੀ ਵੱਖਰਾ ਹੋਊਗਾ ਭੈਣੇ? ਉਹਦੇ ਵਿੱਚ ਸਿਰ ਕੁਦਰਤ ਹੋਏਗੀ। ਹਾਂ, ਪਹਿਰਾਵਾ ਵੱਖਰਾ ਹੋਏਗਾ। ਹਾਂ, ਲੋਕਾਂ ਦਾ ਨੂਰ ਵੱਖਰਾ ਹੋਏਗਾ। ਅੱਛਾ, ਮੈਂ ਕਹਿੰਦੀ ਇਹੋ ਜਿਹੇ ਬੰਦੇ ਤਿਆਰ ਕਰਦੇ ਨੇ, ਦੁਨੀਆ ਖੜ ਖੜ ਕੇ ਦੇਖੇਗੀ ਲਵੀ ਹਾਂ ਇਹ ਮੁਲਕ ਦੇ ਬੰਦੇ ਨੇ। ਉਹ ਲੋਕਾਂ ਦੀ ਪਛਾਣ ਵੱਖਰੀ ਹੋਏਗੀ ਕਿਉਂਕਿ ਉਹਨਾਂ ਦਾ ਰੂਪ ਵੱਖਰਾ, ਖਾਣ ਪੀਣ ਵੱਖਰਾ, ਪਹਿਰਾਵਾ ਵੱਖਰਾ। ਉਹ ਕੁਦਰਤ ਦੇ ਵਿੱਚ ਵਸਣ ਵਾਲੇ ਲੋਕ ਹੋਣਗੇ, ਉਹ ਕੈਮੀਕਲਸ ਵਾਲੀਆਂ ਸਬਜ਼ੀਆਂ ਨਹੀਂ ਖਾਣਗੇ। ਤੇਰੀ ਤਾਂ ਸੋਚ ਹੀ ਬੜੀ ਵੱਡੀ ਆ ਭਣੇ। ਹਾਂਜੀ ਹਾਂਜੀ, ਹੈ ਸਾਰਾ ਕੁਝ ਹੀ ਬਦਲ ਕੇ ਰੱਖ ਦੇਣਾ, ਸਾਰਾ ਕੁਝ ਆਪ ਜੋ ਚੀਜ਼ ਸਹੀ ਹੈ, ਜੋ ਪਰਮਾਤਮਾ ਦੀ ਗਾਈਡੈਂਸ ਹੈ, ਉਸ ਅਕੋਰਡਿੰਗ ਉਹ ਚੱਲੇਗਾ ਸ਼ਹਿਰ। ਖਾਣਾ ਪੀਣਾ ਸਾਰਾ ਕੁਝ ਘੈਂਟ ਹੋਊਗਾ, ਸਾਰਾ ਕੁਝ ਐਂਡ ਟੌਪ ਕੁਆਲਿਟੀ ਦਾ, ਜਿਹੜਾ ਰਾਜਿਆਂ ਦਾ ਖਾਣਾ ਹੁੰਦਾ ਹੈ। ਠੀਕ ਹੈ ਹਾਂਜੀ। ਹੈ ਮੈਂ ਰੁਕੋ, ਮੈਂ ਮੈਕ ਲਾ ਲਾ ਮਾੜਾ ਜਿਹਾ ਤੁਹਾਡੇ ਕੋਲ ਨੂੰ ਕਰਦਾ, ਕਿਵੇਂ ਲੱਗਿਆ ਫਿਰ ਖਾ ਕੇ ਆਪਾਂ? ਬਹੁਤ ਵਧੀਆ ਜੀ, ਬਹੁਤ ਵਧੀਆ। ਜਦੋਂ ਦੀ ਆਏ ਹੈਗੇ ਅਸੀਂ ਉਦੋਂ ਦਾ ਖਾਣਾ ਖਾ ਰਹੇ ਹਾਂ ਜੀ। ਹਾਂਜੀ, ਬਹੁਤ ਵਧੀਆ ਲੱਗਾ। ਸਾਡੀ ਸਾਰੀ ਫੈਮਿਲੀ ਆ ਰਹੀ ਹੈ ਸ਼ਾਮ ਨੂੰ ਡੇਲੀ। ਅੱਛਾ, ਡੇਲੀ ਖਾ ਕੇ ਜਾਂਦੇ ਆ। ਮੈਡਮ ਬੈਠੇ, ਉਹਨਾਂ ਤੋਂ ਪੁੱਛ ਸਕਦੇ ਹੋ ਤੁਸੀਂ। ਠੀਕ ਹੈ, ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਸੀ ਮੈਡਮ, ਕਹਿੰਦੇ ਸੀ ਕੱਲ੍ਹ ਪਿੰਨੀਆਂ ਲਗਾਉਣੀਆਂ ਸੀ, ਅਸੀਂ ਅੱਜ ਪਿੰਨੀਆਂ ਵਾਸਤੇ ਆਏ ਸੀ। ਅੱਜ ਪਿੰਨੀਆਂ ਵਾਸਤੇ ਆਏ ਸੀ ਤੇ ਮੈਡਮ ਕਹਿੰਦੇ ਹੁਣ ਅੱਜ ਮਿਹਨਤ ਬਹੁਤ ਡਿਮਾਂਡ ਵਾਲੀ ਆ। ਪਿੰਨੀਆਂ ਦੀ ਬਹੁਤ ਵੀਰੇ, ਲੁਧਿਆਣੇ ਦੋ ਐਗਜ਼ੀਬਿਸ਼ਨਸ ਦੇ ਆਰਡਰ ਲੱਗੇ ਹੋਏ ਨੇ ਮੈਨੂੰ। ਅੱਛਾ, ਮੇਲੇ ਦੇ ਆਪਣੇ ਪ੍ਰਵਾਸੀ ਆ ਕੇ ਇੱਥੇ ਇੰਨੀ ਮਿਹਨਤ ਕਰ ਰਿਹਾ, ਪੰਜਾਬ ਆਪਣਾ ਯੂਥ ਸਾਰਾ ਬਾਹਰ ਜਾ ਰਿਹਾ ਹੈਗਾ ਜੀ, ਤੇ ਜਿਸ ਹਿਸਾਬ ਨਾਲ ਇਸ ਮੈਡਮ ਲੇਡੀਜ਼ ਖੜੇ ਹੈਗੇ ਉਹ ਇੰਨੀ ਮਿਹਨਤ ਕਰਕੇ ਕੰਮ ਕਰ ਰਿਹਾ, ਤੇ ਫਿਰ ਆਪਣੇ ਵਰਗੇ ਕਿਉਂ ਨਹੀਂ ਕਰ ਸਕਦੇ ਇੱਥੇ? ਸਹੀ ਗੱਲ ਹੈ, ਸਹੀ ਗੱਲ। ਤੇ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਕਿ ਮੈਡਮ, ਬਿਲਕੁਲ ਸਿੱਖਣਾ ਚਾਹੀਦਾ ਹੈ। ਇਤਨੀ ਸਫਾਈ ਦਾ ਕੰਮ ਬਹੁਤ ਵਧੀਆ ਲੱਗ ਰਿਹਾ ਸਾਨੂੰ ਨਾ, ਸਾਰਾ ਕੁਝ ਸਾਹਮਣੇ ਆ ਨਾ, ਕੋਈ ਆਏ ਨਹੀਂ ਚੀਜ਼ ਅੱਖਾਂ ਤੋਂ ਓਲੇ ਆ। ਬਸ ਮੈਡਮ ਤੋਂ ਇਹ ਪੁੱਛਣਾ ਚਾਹੁੰਦੇ ਆ ਵੀ ਪਿੰਨੀਆਂ ਦੇ ਨਾਲ ਹੋਰ ਕੀ ਆਈਟਮ ਨਾਲ ਸ਼ੁਰੂ ਕਰਨਾ ਚਾਹੁੰਦੇ ਹੈਗੇ? ਹਾਂ, ਫਰੂਟ ਚਾਟ ਤਾਂ ਅਸੀਂ ਬਹੁਤ ਖਾ ਚੁੱਕੇ ਹਾਂ ਉਹਨਾਂ ਦੀ, ਅੱਜ ਪਿੰਨੀਆਂ ਵਾਸਤੇ ਆਏ ਸੀ ਸਪੈਸ਼ਲ, ਮੈਡਮ ਨੂੰ ਸਪੈਸ਼ਲ ਕਿਹਾ ਕੱਲ ਵੀ ਪਿੰਨੀਆਂ ਲੈ ਕੇ ਆਵਾਂਗੇ। ਦਿਲ ਤੋੜਦਾ ਤੁਸੀਂ ਹੈ, ਅੱਜ ਪਿੰਨੀਆਂ ਨਹੀਂ ਲਿਆਉਂਦੇ? ਪਿੰਨੀਆਂ ਦੇ ਟਾਈਮ ਵੀ ਬੜਾ ਲੱਗਦਾ ਹੈ, ਟਾਈਮ ਬਹੁਤ ਲੱਗਦਾ ਹੈ। ਹਾਂ, ਮਿਹਨਤ ਲੱਗਦੀ ਹੈ, ਬਹੁਤ ਜ਼ਿਆਦਾ ਲੱਗਦੀ ਹੈ। ਉਹ ਤਿਆਰ ਹੋ ਰਹੀਆਂ ਨੇ, ਹੁਣ ਕੱਲ ਪੇਸ਼ ਕਰਾਂਗੇ ਤੁਹਾਡੇ ਅੱਗੇ। ਅੱਛਾ ਹਾਂਜੀ, ਹੁਣ ਜਿਹੜਾ ਸਹੀ ਖਾਣਾ ਉਹਨੂੰ ਤਾਂ ਮਿਹਨਤ ਲੱਗਦੀ ਆ, ਨਹੀਂ ਇੱਥੇ ਮਿੰਟ 'ਚ ਬਣਾ ਕੇ ਲਿਆ ਦਿੰਦੇ ਆ ਵੀ ਆਹ ਚੱਕੋ। ਚਲੋ ਅੱਜ ਇਸ ਕਰਕੇ ਹੁਣ ਇਹੀ ਖਾ ਰਹੇ ਹਾਂ, ਫਰੂਟ ਚਾਟ ਖਾ ਕੇ ਜਾਵਾਂਗੇ, ਕੱਲ੍ਹ ਮੈਡਮ ਤੋਂ ਫਿਰ ਪਿੰਨੀਆਂ ਲੈਣ ਆਵਾਂਗੇ ਜੀ। ਉਹਨਾਂ ਨੇ ਕਹਿ ਦਿੱਤਾ ਸਾਨੂੰ ਵੀ ਕੱਲ੍ਹ ਪਿੰਨੀਆਂ ਸਪੈਸ਼ਲ ਆਉਣਗੀਆਂ, ਤੇ ਕੱਲ੍ਹ ਨੂੰ ਆਵਾਂਗੇ, ਹੁਣ ਪਿੰਨੀਆਂ ਖਾਣਾ, ਅੱਜ ਫਰੂਟ ਚਾਟ ਹੀ ਖਾ ਕੇ ਚੱਲੇ ਹਾਂ ਜੀ। ਓਕੇ ਓਕੇ ਹਾਂਜੀ। ਹੋਰ ਬਈ ਆਪਾਂ ਇਹਨਾਂ ਤੋਂ ਵੀ ਪੁੱਛ ਲੈਂਦੇ ਹਾਂ, ਇਧਰ ਕੈਮਰਾ ਕਰਦੇ ਸਾਰਿਆਂ ਦੇ ਵੱਲ ਨੂੰ, ਇਹਨਾਂ ਤੋਂ ਆਪਾਂ ਪੁੱਛਦੇ ਹਾਂ, ਲੈ ਕੋਲੇ ਆ ਕੇ। ਹਾਂਜੀ ਹਾਂਜੀ, ਨੰਬਰ ਮੈਂ ਦਿੰਦਾ ਹੈ 87 ਬਹੁਤ ਵਧੀਆ ਆਪਣੇ ਜਿਹੜੇ ਫਲ ਫਰੂਟ ਨੇ, ਤੇ ਇਹਦੇ ਵਿੱਚ ਹੋਰ ਵੀ ਭੈਣ ਨੇ ਚੀਜ਼ਾਂ ਦਿੱਤੀਆਂ ਵੀ ਜਿਹੜੀਆਂ ਅਸੀਂ ਮਤਲਬ ਨਹੀਂ ਖਾਂਦੇ, ਅਸੀਂ ਖਾ ਕੇ ਐਨਰਜੀ ਆ ਸਕਦੀ ਹੈ ਨਾ, ਫੇਰ ਹੀ ਬੰਦਾ ਕੰਮ ਕਾਰ ਕਰੂ ਸਾਰਾ ਦਿਨ। ਬਿਲਕੁਲ ਬਿਲਕੁਲ, ਜਿਹੜੀ ਅੰਦਰਲੀ ਜਿਹੜੀ ਹੈ ਨਾ, ਉਹ ਸਟਰੋਂਗ ਪਾਵਰ ਆ ਜਿਹੜੀ ਕਹਿੰਦੇ ਉਹਨੂੰ ਵਧਾਉਂਦੀ ਹੈ। ਸਮਝ ਗਿਆ ਸਾਰੀ ਗੱਲ, ਕੀ ਕਹਿਣਾ ਚਾਹੁੰਦੇ ਹੋ ਵੀ ਬੰਦਾ ਤਗੜਾ ਇਹੀ ਚੀਜ਼ਾਂ ਖਾ ਕੇ ਹੋਊਗਾ? ਹਾਂਜੀ 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 ਹਾਂਜੀ। ਇਹ ਵੀਡੀਓ ਬਣਾਉਣ ਦਾ ਨਾ ਮੇਰਾ ਮਤਲਬ ਇਹੀ ਸੀਗਾ, ਖਾਸ ਮਕਸਦ ਵੀ
ਯਾਰ ਜਿਹੜੇ ਆਪਣੇ ਇੱਥੋਂ ਆਪਾਂ ਕਹਿ ਰਹੇ ਹਾਂ ਵੀ ਪ੍ਰਵਾਸ ਹੋ ਰਿਹਾ ਗਾ ਆਪਣੇ ਨੌਜਵਾਨ ਆ ਜਿਹੜੇ ਬਾਰਵੀਂ ਕਰਕੇ ਕਹਿੰਦੇ ਆ ਵੀ ਕਨੇਡਾ ਵਾਲੀ ਦੌੜ ਲੱਗੀ ਹੋਈ ਆ, ਇਹ ਵੀਡੀਓ ਮੈਂ ਇਸੇ ਕਰਕੇ ਬਣਾਈ ਆ ਵੀ ਭੈਣ ਨੂੰ ਦੇਖ ਕੇ ਨਾ ਮੇਰੇ ਵਰਗੇ ਨੌਜਵਾਨ ਹੁੰਦੇ ਤੁਹਾਡੇ 'ਤੇ ਗੱਲ ਲਾ ਕੇ ਕਹੂੰਗਾ, ਤੁਸੀਂ ਕਹੋਗੇ ਆਪ ਬੜਾ ਸਿਆਣਾ, ਮੈਂ ਆਪਦੀ ਗੱਲ ਕਰ ਲੈਂਦਾ ਵੀ ਮੇਰੇ ਵਰਗੇ ਕੁਛ ਨਾ ਕੁਛ ਸਿੱਖਣਗੇ ਵੀ ਇੱਥੇ ਰਹਿ ਕੇ ਆਪਾਂ ਕੰਮ ਕਰੀਏ ਕਾਮਯਾਬ ਹੋਈਏ। ਸਹੀ ਗੱਲ ਹੈ ਨਾ ਭੈਣੇ? ਹਾਂਜੀ ਹਾਂਜੀ। ਬਸ ਠੀਕ ਆ ਭੈਣੇ, ਮਿਹਨਤ ਕਰੋ ਹੈ ਨਾ, ਰੱਬ ਤੁਹਾਨੂੰ ਕਾਮਯਾਬੀ ਬਖਸ਼ੇ ਜਿਹੜੇ ਪ੍ਰੋਜੈਕਟ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ। ਬਾਕੀ ਮੈਂ ਪਿੰਨੀਆਂ ਖਾਣੇ ਜ਼ਰੂਰ ਆਊਂਗਾ ਇੱਕ ਅੱਧੇ ਦਿਨ ਤੱਕ। ਹਾਂ ਜ਼ਰੂਰ ਵੀਰੇ, ਠੀਕ ਆ ਭੈਣੇ, ਜ਼ਰੂਰ ਤੁਹਾਡੇ ਲਈ ਤਾਂ ਬਣਾਉਣਾ ਸਾਰਾ ਕੁਛ। ਨਹੀਂ ਨਹੀਂ ਆਪਾਂ ਬਸ ਆਪਾਂ ਇਹੀ ਅਰਦਾਸ ਕਰਦੇ ਹਾਂ ਕਿ ਬੜੀ ਖੁਸ਼ੀ ਹੁੰਦੀ ਆ ਜਦੋਂ ਆਪਾਂ ਕਿਸੇ ਪੰਜਾਬੀ ਨੂੰ ਕੰਮ ਕਰਦਾ ਵੇਖਦੇ ਹਾਂ। ਅਤੇ ਜਗਰਾਵਾਂ ਵਾਲਿਓ, ਜਗਰਾਵਾਂ ਵਾਲਿਆਂ ਦਾ ਨਾਮ ਹੈ ਤਾਂ ਲਿਆ ਕਿਉਂਕਿ ਭੈਣ ਜਗਰਾਵਾਂ ਦੇ ਵਿੱਚ ਖੜ੍ਹੇ ਆ ਹੈ ਨਾ, ਸਾਹਮਣੇ ਇੱਧਰ ਝਾਂਸੀ ਰਾਣੀ ਚੌਂਕ ਆ, ਅਤੇ ਤੁਸੀਂ ਸਾਰੇ ਜਗਰਾਵਾਂ ਵਾਲੇ ਜਾਂ ਨੇੜੇ ਤੇੜੇ ਜਿਹੜੇ ਵੀ ਪਿੰਡ ਆ ਇੱਥੇ ਜ਼ਰੂਰ ਆਇਓ ਅਤੇ ਭੈਣ ਦੇ ਕੋਲ ਆ ਕੇ ਫਰੂਟ ਚਾਟ ਜਾਂ ਪਿੰਨੀਆਂ ਹੁੰਦੀਆਂ ਨੇ ਉਹ ਜ਼ਰੂਰ ਤੁਸੀਂ ਛੱਕ ਕੇ ਜਾਇਓ, ਅਤੇ ਵੀਡੀਓ ਨੂੰ ਆਪੋ ਆਪਣਾ ਫਰਜ਼ ਸਮਝ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਦੇਖ ਕੇ ਇਹਨਾਂ ਨੂੰ ਕੰਮ ਕਰਦਾ ਦੇਖ ਕੇ ਮੇਰੇ ਵਰਗੇ ਜ਼ਰੂਰ ਇਹਨਾਂ ਤੋਂ ਕੁਛ ਨਾ ਕੁਛ ਸਿੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।